ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਦੱਸ ਦਵਾਂ, ਦਿੱਲੀ ਵਿੱਚ ਕੁਛ ਹਰਾਮੀ ਸਿੱਖਾਂ ਦਾ ਟੋਲਾ ਇੱਕ, ਜਿਨ੍ਹਾਂ ਦਾ ਕੰਮ ਹੈ ਸਰਕਾਰ ਦੀ ਹਰ ਵਕਤ ਜੈ ਜੈਕਾਰ ਕਰਨੀ। ਰਾਹੁਲ ਗਾਂਧੀ ਨੇ ਕਿੱਥੇ ਅਮਰੀਕਾ ਦੇ ਵਿੱਚ ਕਹਿ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਕੜੇ ਉਤਾਰੇ ਜਾਂਦੇ ਨੇ, ਸਿੱਖਾਂ ਦੇ ਗਾਤਰੇ ਉਤਾਰੇ ਜਾਂਦੇ ਨੇ। ਇਹਨਾਂ ਨੂੰ ਬਹੁਤ ਤਕਲੀਫ ਲੱਗ ਗਈ, ਇਸ ਟੋਲੇ ਨੂੰ, ਇਹ ਜਿਹੜੇ ਦਲਾਲ ਸਿੱਖ ਨੇ, ਇਹਨਾਂ ਨੂੰ ਬੜਾ ਦੁੱਖ ਲੱਗ ਗਿਆ ਕਿ ਰਾਹੁਲ ਗਾਂਧੀ ਨੇ ਕਿਉਂ ਕਿਹਾ। ਇਹਨਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਦੁਆਰਾ ਮਲੀਆ ਮੇਟ ਕਰਕੇ ਸਰਕਾਰ ਨੇ ਕਬਜ਼ਾ ਕਰ ਰੱਖਿਆ, ਜਬਰਨ ਇਤਿਹਾਸਕ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਕਬਜ਼ਾ ਕਰਕੇ ਸਰਕਾਰੀ ਦਫ਼ਤਰ ਬਣਾ ਰੱਖਿਆ। ਇਹਨਾਂ ਨੂੰ ਦੁੱਖ ਨਹੀਂ ਲੱਗਿਆ ਹੁਣ ਤੱਕ। ਇਹ ਕਦੀ ਵੀ ਮੁਜ਼ਾਹਰਾ ਕਰਨ ਨਹੀਂ ਗਏ, ਇਹਨਾਂ ਨੇ ਕਦੀ ਵੀ ਆਵਾਜ਼ ਬੁਲੰਦ ਨਹੀਂ ਕੀਤੀ, ਇਹਨਾਂ ਨੇ ਕਦੀ ਵੀ ਨਹੀਂ ਕਿਹਾ ਕਿ ਸਾਡੇ ਬਾਬਾ ਜੀ ਦਾ ਗੁਰਦੁਆਰਾ ਵਾਪਿਸ ਕਰ ਦਿਓ। ਇਹਨਾਂ ਨੂੰ ਰਾਹੁਲ ਗਾਂਧੀ ਦਾ ਘਰ ਦਿਖਦਾ ਹੈ, ਬਾਰ ਬਾਰ ਮੁਜ਼ਾਹਰਾ ਕਰਨ ਵਾਸਤੇ ਦੌੜ ਦੌੜ ਕੇ ਜਾਂਦੇ ਨੇ। ਬੜੇ ਹਰਾਮੀ ਸਿੱਖ ਨੇ, ਬੜੇ ਦਲਾਲ ਸਿੱਖ ਨੇ, ਇਹਨਾਂ ਦਾ ਸੋਸ਼ਲ ਬਾਈਕਾਟ ਕਰੋ। ਜੇ ਇਹ ਗੁਰੂ ਦੇ ਨਹੀਂ ਨਾ, ਇਹ ਫਿਰ ਕਿਸੇ ਦੇ ਨਹੀਂ, ਇਹ ਸਿਰਫ ਟੈਲੀਵਿਜ਼ਨ 'ਤੇ ਆਉਣਾ ਚਾਹੁੰਦੇ ਨੇ, ਅਖਬਾਰਾਂ 'ਚ ਖਬਰਾਂ ਛਪਣ ਇਹਨਾਂ ਦੀਆਂ, ਅਤੇ ਦਲਾਲੀ ਕਰਕੇ ਨੋਟ ਕਮਾਉਂਦੇ ਨੇ। ਇਹ ਦਲਾਲ ਸਿੱਖ ਨੇ, ਇਹਨਾਂ ਨੂੰ ਪਹਿਚਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।